कॉमनवेल्थ गेम्स चल रही ने ते कल दा दिन तो बहुत बढ़िया रहा। भारत लई 4 गोल्ड मैडल भारत ने जिते ने कल, बहुत अच्छा रहा। और हाकी दे विच भी कल कमाल कीती मर्दा ने, मुंडिया की हाकी ने दक्षिणी अफ्रीका नूं हरा के फाइनल च पहुंचे ने। कुड़िया की हाकी बहुत वधिया खेडियां कुड़िया इंडिया दियां, पर चलो कई बार हो जाती है गड़बड़, पलाटी शो हार गए। तो लेकिन सब तो ज्यादा वधिया परफॉर्मेंस कल रैसलिंग दे विच कुश्ती दे मुकाबले च हुई, जिदे च 3 गोल्ड समेत जिहड़े ने टोटल 12 मैडल आए ने। तो क्रिकेट की टीम भी अज देखते हैं गोल्ड जीती है कि नहीं। अज मैच है, क्रिकेट का फाइनल मैच है, तो इस तरीके नाल जिहड़ा है जिहड़े साढ़े प्लेयर ने लगातार मैडल लै रहे ने, घटो घट कॉमनवेल्थ का नजर आ रहा है। हालांकि हाले भी बहुत पिछे ने, 5वें नंबर ते ने। जे आप देखिए टोटल टैली तो आस्ट्रेलिया के 57 गोल्ड ने, 46 उहदे चांदी दे ने, 49 जिहड़े ने ब्रोंज ने। इंग्लैंड के 50 गोल्ड ने, 49 सिल्वर ने, 44 ब्रोंज ने। कनेडा छोटा जिहा कंट्री 21 तीजे नंबर ते, 21 गोल्ड ने, 29 हैगे ने सिल्वर, 32 उन्हां दे हैगे ने ब्रोंज दे, 82 टोटल ने। ते इसे तरीके नाल न्यूजीलैंड भी साथ हो गया है, 17 गोल्ड ने ते 11 सिल्वर ने, 14 ब्रोंज ने। भारत दे हैगे ने 13 गोल्ड, 11 सिल्वर, 16 जिहड़े ने ਉਹ ਬ੍ਰੌਂਜ ਨੇ, ਟੋਟਲ 40 ਦੇ। ਸੋ ਠੀਕ ਹੈ, ਫਿਰ ਵੀ ਜਿਵੇਂ ਰਵੀ ਦਾਈਆ, ਬਨੇਸ਼ ਫੋਗਾਟ, ਨਵੀਨ ਇਹਨਾਂ ਨੇ ਜਿਹੜਾ ਹੈ ਗੋਲਡ ਜਿੱਤਿਆ, ਚਾਂਦੀ ਵੀ ਜਿੱਤੀ ਹੈ। 10,000 ਜਿਹੜੀ ਪੈਦਲ ਹੁੰਦੀ ਹੈ ਨਾ, ਉਹਦੇ 'ਚ ਪ੍ਰਿਯੰਕਾ ਗੋਸਵਾਮੀ ਨੇ, ਇਸ ਤਰ੍ਹਾਂ ਹਰਡਰ ਅੜਿੱਕਾ ਦੌੜ ਕਹਿ ਦਿੰਦੇ ਜਿਹਨੂੰ ਪੰਜਾਬੀ 'ਚ, ਉਹਦੇ 'ਚ ਵੀ ਜਿਹੜਾ ਹੈ ਅਵਿਨਾਸ਼ ਨੇ ਚਾਂਦੀ ਜਿੱਤੀ ਹੈ। ਲੋਨ ਬਾਲ ਦੀ ਪਹਿਲਾਂ ਕੁੜੀਆਂ ਗੋਲਡ ਲੈ ਗਈਆਂ, ਮੁੰਡਿਆਂ ਨੇ ਚਾਂਦੀ ਲਈ ਹੈ। ਮੁੱਕੇਬਾਜ਼ੀ ਚ ਵੀ ਕਾਂਸੀ ਆਈ ਹੈ। ਸੋ ਠੀਕ ਚੱਲ ਰਿਹਾ ਹੈ, ਦੇਖਦੇ ਹਾਂ ਹੋਰ ਕਿੰਨੇ ਆਉਂਦੇ ਨੇ। ਵੇਟ ਲਿਫਟਿੰਗ ਦੀ ਟੀਮ ਜਿਹੜੀ ਆ ਵਾਪਸ ਆ ਗਈ ਹੈ, ਮੀਰਾ ਬਾਈ ਚਾਨੂ, ਬਿੰਦਿਆ ਰਾਣੀ, ਹਰਜਿੰਦਰ ਕੌਰ, ਲਵਪ੍ਰੀਤ, ਗੁਰਦੀਪ ਸਿੰਘ, ਸਾਰੇ ਪਲੇਅਰ ਜਿਹੜੇ ਕੱਲ ਬਹੁਤ ਭਰਵਾਂ ਸਵਾਗਤ ਹੋਇਆ। ਰਾਜਾ ਸਾਂਸੀ ਜਿਹੜਾ ਏਅਰਪੋਰਟ ਹੈ ਅੰਮ੍ਰਿਤਸਰ ਦਾ, ਚੰਗੀ ਗੱਲ ਹੈ, ਫੁੱਲਾਂ ਦੀ ਵਰਖਾ ਹੋਣੀ ਵੀ ਚਾਹੀਦੀ ਹੈ। ਦੇਸ਼ ਲਈ ਮਾਣ ਖੱਟ ਕੇ ਆਏ ਨੇ। ਪਰ ਹੈਰਾਨੀ ਦੀ ਗੱਲ ਹੈ ਕਿ ਜਿੱਥੇ NIS ਪਟਿਆਲਾ ਹੋਵੇ ਤੇ ਉੱਥੇ ਜਿਹੜਾ ਹੈ ਕੋਈ ਗੋਲਡ ਨਾ ਹੋਵੇ, ਜਾਂ ਇੰਨੇ ਪੰਜਾਬ ਚ ਘੱਟ, ਜਿਹਦੇ ਚ ਅਸੀਂ ਕਹਿੰਦੇ ਹਾਂ ਕਿ ਬਹੁਤ ਇਹ ਜਿਹੜੀ ਸਟੇਟ ਦੇ ਵਿੱਚ ਬਹੁਤ ਸੰਭਾਵਨਾ ਖਿਡਾਰੀ ਪੈਦਾ ਕਰਨ ਦੀ, ਲੇਕਿਨ ਉਹ ਸੰਭਾਵਨਾ ਇਉਂ ਲੱਗਦਾ ਕਿ ਹਰਿਆਣਾ ਲੈ ਗਿਆ। ਹਰਿਆਣਾ ਚ ਧੜਾਧੜ ਗੋਲਡ ਆ ਰਹੇ ਨੇ, ਉਹ ਦੇਖਦੇ ਹਾਂ ਅੱਗੇ ਆਉਣ ਵਾਲੇ ਟਾਈਮ ਚ। ਜਿਵੇਂ ਕਹਿ ਰਹੇ ਨੇ, ਕੱਲ ਮਿਲੇ ਵੀ ਨੇ ਮੀਤ ਹੇਅਰ, ਸਾਡੇ ਖੇਡ ਮੰਤਰੀ, ਦੇਸ਼ ਦੇ ਖੇਡ ਮੰਤਰੀ ਅਨੁਰਾਗ ਠਾਕੁਰ ਨੂੰ, ਦੇਖਦੇ ਹਾਂ ਕਿਸ ਕਿਸਮ ਦੀ ਨੀਤੀ ਲੈ ਕੇ ਆਉਂਦੇ ਨੇ ਤੇ ਖੇਡਾਂ ਦੇ ਵਿੱਚ ਕਿਸ ਤਰ੍ਹਾਂ ਪੰਜਾਬ ਅੱਗੇ ਆਉਂਦਾ। ਹਾਲ ਦੀ ਘੜੀ ਜਿੰਨੇ ਕੁ ਜਿੱਤ ਕੇ ਆਏ ਨੇ ਉਹਨਾਂ ਦਾ ਸਵਾਗਤ ਕਰਨਾ ਬਣਦਾ।